ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੇ ਵਲੌਗ ਦਾ ਆਗਾਜ਼ ਕਰਨਾ ਦੋਸਤੋ ਵਲੌਗ ਦਾ ਵੀ ਆਗਾਜ਼ ਕਰ ਲਿਆ ਔਰ ਬਾਰਿਸ਼ ਵੀ ਆਉਣ ਲੱਗ ਗਈ ਜੀ। ਕਣਮਣ ਕਣੀ ਹੋ ਰਹੀ ਹੈ, ਦੇਖੋ ਕਿਤਨੀ ਗਰਾਬ ਮੱਚ ਗਈ। ਮੱਖੀ ਚਿੰਨੀ ਬੱਕਰੀਆਂ ਦਾ ਸ਼ੌਕ ਕਰੋ ਦੋਸਤੋ, ਜ਼ਬਰਦਸਤ ਬੱਕਰੀਆਂ ਨੇ ਜੀ। ਮੰਡੀ ਮਦਰੱਸਾ ਦੀ ਫੇਮਸ ਬਰੀਡ ਹੈ ਮੱਖੀ ਚਿੰਨੀ ਦੋਸਤੋ। ਪਾਥੀਆਂ ਦੇਖੋ, ਜਿਹਨੂੰ ਪਾਥੀਆਂ ਵੀ ਬੋਲਦੇ ਨੇ ਪੰਜਾਬੀ 'ਚ ਅਤੇ ਥਾਪੀਆਂ ਵੀ ਬੋਲਦੇ ਨੇ ਜੀ। ਦੋਸਤੋ ਕਿਆ ਹੀ ਜ਼ਬਰਦਸਤ ਮੌਸਮ ਹੋ ਗਿਆ ਜੀ, ਅਤੇ ਪਹੁੰਚ ਗਏ ਜੀ ਜਾਨਵਰ ਦਾ ਸ਼ੌਕ ਕਰਨ ਲਈ ਆਪਣੇ ਦੋਸਤ ਕੋਲ। ਅਤੇ ਇਹ ਰਿਹਾ ਜੀ ਸਾਹਮਣੇ ਜਾਨਵਰ, ਬਹੁਤ ਹੀ ਜ਼ਬਰਦਸਤ ਜਾਨਵਰ ਹੈ ਜੀ। ਇਹਦਾ ਕੀ ਨਾਮ ਹੈ ਵੀਰੇ? ਕਮਲਾ। ਕਮਲਾ, ਅੱਛਾ। ਇਹਦੀ ਕਿਤਨੀ ਉਮਰ ਹੋ ਗਈ? 3 ਸਾਲ। 3 ਸਾਲ। ਅਤੇ ਇਹਦੀ ਹਾਈਟ? 32 ਹੈ। 32 ਇੰਚ ਪਲੱਸ ਜਾਂ ਹੇਠਾਂ? ਪੂਰਾ 32। ਅੱਛਾ। ਅਤੇ ਤਪਾਇਆ ਤਪੂਇਆ ਮੈਚ 'ਚ ਲੈ ਗਏ? 3 ਤੱਪਣੀਆਂ 1 ਮੈਚ ਲੜਤੇ ਬਰਾਬਰ, 17 ਮਿੰਟ ਦਾ ਮੈਚ ਕੀਤਾ। ਕਿਹੜੀ ਜਗ੍ਹਾ 'ਤੇ ਮੈਚ ਇਹਦਾ ਲਗਵਾਇਆ? ਮੰਡੀ ਬਾਵਲਦੀਨ ਕੋਟਲੀ ਕਾਜ਼ੀ, ਉੱਥੇ ਲੜਿਆ ਹੈ। ਕਿਆ ਹੀ ਜ਼ਬਰਦਸਤ ਦੋਸਤੋ ਡੌਗ ਹੈ ਜੀ, ਅਤੇ ਨਾਮ ਵੀ ਬਹੁਤ ਹੀ ਜ਼ਬਰਦਸਤ। ਔਰ ਸ਼ੌਕ ਕਰੋ ਜੀ। ਘਰ ਦੀ ਬੁਲਾਣੇ ਨੇ ਤੁਹਾਡੀ? ਘਰ ਦੀ ਬੁਲਾਣੇ। ਇਹਦਾ ਪਿਓ ਕਿਵੇਂ ਦਾ ਸੀ? ਇਹਦਾ ਪਿਓ ਤਕਰੀਬਨ 3 ਮੈਚ ਲੜ ਕੇ 1 ਬਰਾਬਰ 2 ਵਿਨਰ ਹੋ ਕੇ ਮਰਿਆ। ਅੱਛਾ। ਆਪਣੇ ਕੋਲ ਕੋਰਾ ਕੋਰਾ। ਤੇ ਇਹਦੀ ਮਾਂ? ਇਹਦੀ ਮਾਂ ਹੀ ਬੱਲੇ ਕੁੱਤੇ ਚੌਧਰੀ ਨਾਸਰਾ ਦੇ ਬੱਲੇ ਕੁੱਤੇ ਦੀ ਬਲੱਡ ਲੈਣ ਦੀ। ਬੱਲੇ ਕੁੱਤੇ ਦੀ ਬਲੱਡ ਲੈਣ ਚੋਂ? ਅੱਛਾ। ਇਹ ਆਪਣਾ ਜ਼ਾਤੀ ਕੁੱਤਾ। ਪੱਪੀ ਦੀ ਨਾ ਫੋਟੋ ਦਿਖਾ ਰਹੇ ਸੋ, ਵੀਡੀਓ ਦਿਖਾ ਰਹੇ ਸੋ, ਉਹਦੀ ਕੀ ਡਿਟੇਲ ਹੈਗੀ? ਉਹਦੀ ਕਿਤਨੀ ਉਮਰ ਹੈ ਔਰ ਕਿਹੜੀ ਬਲੱਡ ਲਾਈਨ ਚੋਂ ਹੈ? ਉਹ ਜਨਾਬ ਜਿਹੜਾ ਨਾ ਹਾਜੀ ਸਮੂਹ ਵਾਲੇ ਬੌਂਗੇ ਕੁੱਤੇ ਦੇ ਬੱਚਾ ਜਿਹੜਾ ਲੈ ਗਿਆ ਹੈ ਜ਼ੁਲਫਕਾਰ ਕੱਟਾ, 14 ਲੱਖ ਰੁਪਏ ਦਾ ਉਹਦਾ ਬੱਚਾ ਜਨਾਬ, ਜੈਨੂਇਨ ਉਹਦਾ ਬੱਚਾ। ਉਹ 8 ਤਰੀਕ ਨੂੰ ਅਤੇ 9 ਤਰੀਕ ਨੂੰ ਸੇਲ ਹੋਇਆ, ਅਤੇ ਲੇਕਿਨ ਜਿਹੜਾ ਨਾ ਕੁੱਤੀ ਅਸੀਂ 26 ਤਰੀਕ ਨੂੰ ਕਰਾਸ ਕਰਵਾਈ ਹੈ। 26 ਤਰੀਕ ਨੂੰ ਤੁਸੀਂ ਕੁੱਤੀ ਕਰਾਸ ਕਰਵਾਈ ਹੈ? 8 ਕਿ 9 ਤਰੀਕ ਨੂੰ ਕੁੱਤਾ ਸੇਲ ਹੋ ਗਿਆ। 8-9 ਤਰੀਕ ਨੂੰ ਕੁੱਤਾ ਸੇਲ ਹੋ ਗਿਆ ਸੀ? ਅੱਛਾ। ਅਤੇ ਉਹਨਾਂ ਕੁੱਤਿਆਂ 'ਚੋਂ ਤਾਂ ਉਹਦੀ ਉਮਰ ਕਿਤਨੀ ਹੋ ਗਈ? ਉਹਦੀ ਉਮਰ ਸਵਾ ਦੋ ਮਹੀਨੇ। ਸਵਾ 2 ਮਹੀਨੇ ਉਮਰ ਹੋ ਗਈ ਦੋਸਤੋ, ਅਤੇ ਬਹੁਤ ਹੀ ਅੱਛੀ ਬਲੱਡ ਲਾਈਨ। ਵੀਰ ਭਰਾ ਦੇਖ ਰਹੇ ਨੇ, ਵਟਸਐਪ 'ਤੇ ਕੰਟੈਕਟ ਕਰਨ, ਅੱਛੀ ਪ੍ਰਾਈਜ਼ ਦੇ ਵਿੱਚ ਉਹਨਾਂ ਨੂੰ ਜਾਨਵਰ ਲੈ ਕੇ ਦੇਵਾਂਗੇ, ਬਹੁਤ ਹੀ ਅੱਛੀ ਕੁਆਲਿਟੀ ਦਾ। ਦੋਸਤੋ ਮਾਲਕ ਨਾਲ ਪਿਆਰ ਦੇਖੋ ਜੀ। ਲਾੜੀਆਂ ਹੋ ਰਹੀਆਂ ਨੇ ਜੀ। ਵਾਕ ਸ਼ੱਕ ਕਰਵਾਉਂਦੇ ਹੋ? ਨਹੀਂ, ਫਿਲਹਾਲ ਖੜਾ ਹੈ, ਇਹਦੇ ਕੋਈ ਤਿਆਰੀ ਸ਼ਿਆਰੀ ਨਹੀਂ ਲੱਗਿਆ। ਅੱਛਾ। ਹੋ ਜਾ। ਸੇਵਾ
ਦੋਸਤੋ ਦੂਸਰਾ ਜਾਨਵਰ ਲੈ ਕੇ ਆ ਰਹੇ ਨੇ ਬਾਈ ਰੇ, ਅਤੇ ਦੂਸਰੇ ਜਾਨਵਰ ਦਾ ਵੀ ਤੁਹਾਨੂੰ ਸ਼ੌਕ ਕਰਵਾਉਂਦੇ ਜੀ। ਇਹਨਾਂ ਕੋਲ ਬਲੱਡ ਲਾਈਨ ਬਹੁਤ ਹੀ ਅੱਛੀ ਹੈ, ਬਹੁਤ ਹੀ ਨਾਮਵਰ ਸ਼ਿਕਾਰੀ ਨੇ, ਮਤਲਬ ਕਿ ਸਾਡੇ ਇਲਾਕੇ ਦੇ ਇੱਕ ਬਹੁਤ ਹੀ ਜ਼ਬਰਦਸਤ ਕੁਆਲਿਟੀ ਵਾਲੇ ਜਾਨਵਰ ਰੱਖਣ ਵਾਲੇ ਬੰਦੇ ਨੇ ਜੀ, ਔਰ ਸਾਡੇ ਬਹੁਤ ਹੀ ਅੱਛੇ ਦੋਸਤ ਨੇ ਪਏ ਨੇ। ਜ਼ਬਰਦਸਤ ਵਿਊ ਪਿੰਡ ਦਾ, ਕਿਆ ਹੀ ਜ਼ਬਰਦਸਤ ਵਾਈਬ ਆ ਰਹੀ ਜੀ। ਬਾਈ ਰੇ, ਜਿਸ ਤਰ੍ਹਾਂ ਜਾਨਵਰ ਲੈ ਕੇ ਆਉਂਦੇ ਨੇ, ਦੂਸਰੇ ਜਾਨਵਰ ਦਾ ਵੀ ਤੁਹਾਨੂੰ ਸ਼ੌਕ ਕਰਵਾਉਂਦੇ ਹਾਂ ਜੀ। ਸਾਹਮਣੇ ਬਾਈਰੋਂ ਦਾ ਘਰ ਹੈ ਦੋਸਤੋ, ਦੂਸਰਾ ਜਾਨਵਰ ਆ ਗਿਆ ਜੀ। ਬਾਈ ਰੇ, ਦੂਸਰਾ ਜਾਨਵਰ ਲੈ ਕੇ ਆ ਗਏ ਨੇ ਜੀ। ਇਹ ਵੀ ਬਹੁਤ ਹੀ ਜ਼ਬਰਦਸਤ ਬਲੱਡ ਲਾਈਨ ਦਾ ਲੱਗ ਰਿਹਾ ਜੀ। ਮਜ਼ੀਦ ਤੁਹਾਨੂੰ ਵੀ ਇਹਦਾ ਇੰਟਰੋਡਕਸ਼ਨ ਕਰਵਾਉਂਦੇ ਹਾਂ ਜੀ। ਇਹਦਾ ਕੀ ਨਾਮ ਹੈ? ਟਾਈਗਰ। ਇਹਦੀ ਕਿਤਨੀ ਉਮਰ ਹੋ ਗਈ? 11 ਮਹੀਨੇ। ਸਹੀ, 11 ਮਹੀਨੇ ਦੀ ਉਮਰ ਹੋ ਗਈ ਜੀ। ਅਤੇ ਇਹਦਾ ਕੱਦ? 31.5 ਇੰਚ। ਸਹੀ ਹੈ। ਇਹ ਵੀ ਘਰ ਦੀ ਬਲੱਡ ਲਾਈਨ ਹੈ? ਸਹੀ, ਟਾਈਗਰ। ਅਤੇ ਜਿਹੜਾ ਦੂਸਰਾ ਜਾਨਵਰ ਤੁਹਾਡੇ ਕੋਲ ਖੜ੍ਹਾ ਹੈ, ਉਹਦੇ ਇਹਦੇ ਨਾਲ ਕੀ ਰਿਸ਼ਤਾ ਹੈ? ਉਹਦਾ ਇਹਦੇ ਨਾਲ ਕੀ ਰਿਸ਼ਤਾ ਹੈ? ਬੱਕਰੀ ਬਲੱਡ ਲਾਈਨ 'ਚ। ਅੱਛਾ, ਇਹਦੀ ਮਾਂ ਔਰ ਪਿਓ ਕਿਵੇਂ ਦਾ ਸੀ? ਅੱਛਾ, ਸਹੀ ਹੈ ਜੀ। ਦੋਸਤੋ, ਕਿਆ ਹੀ ਜ਼ਬਰਦਸਤ ਹੋ ਗਏ ਜੀ, ਚੌਕ ਕਰੋ ਜੀ। ਠੀਕ ਹੋ ਗਿਆ ਜੀ। ਲੈ ਜਾਓ, ਆਪਸ ਉਲਝਦੇ ਨੇ, ਆਪਸ ਉਲਝਦੇ ਨੇ। ਮੈਂ ਕਿਹਾ ਆਪਸ ਹੀ ਕਹਿੰਦੇ। ਅੱਛਾ ਦੋਸਤੋ, ਬਾਈ ਰਾਂ ਨੂੰ ਖੁੱਲਾ ਛੱਡ ਦਿੱਤਾ ਜੀ। ਹਾਂਜੀ, ਅੱਛਾ, ਇਹ ਸਖਤ ਹੁੰਦੇ ਨਾਲੋਂ। ਮਿਲਾਂਗੇ ਨੈਕਸਟ ਵੀਡੀਓ ਨਾਲ। ਆਪਣਾ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ, ਬਹੁਤ ਜ਼ਿਆਦਾ ਪਿਆਰ। ਅੱਲਾ ਹਾਫਿਜ਼।